ਉਹ ਕੁਛ ਹੋਇਆ ਹੀ ਉਹਦਾ ਬਦਲਾ ਲਿੱਤੇ ਜਾਏ ਮੈਂ ਸਰਕਾਰ ਰਹਿ ਗਿਆ ਕਿ ਇਹ ਕੰਮ ਜਿਸ ਤਰ੍ਹਾਂ ਹੋਇਆ ਨਾ ਬਸ ਇਹਦਾ ਬਦਲਾ ਲਓ ਕਿ ਬਸ ਉਹ ਫੜਿਆ ਜਾਏ ਇਸੇ ਜਗ੍ਹਾ ਲਿਆ ਕੇ ਉਹਨੂੰ ਵੱਢੋ ਉਹਨੂੰ ਫੜ ਕੇ ਅੱਜ ਨੂੰ ਮੇਰੀ ਕੁੜੀ ਨਾਲ ਮੇਰੀ ਕੁੜੀ ਦੇ ਚਲੇ ਗਏ ਨਾ ਕਾਹ ਹੋਰ ਕਿਸੇ ਦੇ ਵੀ ਗੁੜੀਆਂ ਨਾਲ ਹੋ ਸਕਦੀ ਹੈ ਅਗਰ ਉਹ ਮਰ ਕੇ ਬਾਕੀ ਨਾਮ ਰੋਸ਼ਨ ਕਰ ਗਏ ਨਾ ਮੈਂ ਚਾਹੁੰਦੀ ਸਾਰੇ ਲੋਕੀ ਸਾਰੇ ਮਾਵਾਂ ਯਾਦ ਰੱਖੇ ਕੀ ਕਹਿਣਾ ਚਾਹੁੰਦੇ ਕਿੰਨੇ ਸਾਲ ਦੀ ਤੁਹਾਡੀ ਕੁੜੀ ਦੀ ਉਮਰ ਸੀ ਤੇ ਕਿੰਨੇ ਕੰਮ ਕਰਦੀ ਸੀ 22 ਸਾਲ ਦੀ ਪੁਤਲੀ ਘਰ ਕਰਦੇ ਸੀ ਕੰਮ ਕਿੰਨਾ ਸਮਾਂ ਹੋ ਗਿਆ ਜੀ ਕੰਮ ਕਰਦੇ ਨੂੰ ਐ ਹੋ ਗਿਆ 6 ਮਹੀਨੇ ਹੋਏ ਨਾਲ ਪੜ੍ਹਦੀ ਵੀ ਸੀ ਜੀ ਹਾਂਜੀ ਬੀਏ ਕਰਨ ਦੇ ਹੀ ਬਸ ਲਾਸਟ ਬੀਏ ਰਹਿ ਗਿਆ ਹੈ ਕਿੰਨੇ ਵਜੇ ਆ ਰਹੀ ਜੀ ਉੱਥੋਂ ਕੰਮ ਤੋਂ ਉਹ ਤਾਂ 7 ਵਜੇ ਛੁੱਟੀ ਹੈ ਤੇ ਕਹਿੰਦੇ 7 ਵਜੇ ਦੇ ਵਿੱਚ ਹਸਪੀਟਲ ਬਸ ਜਿੰਨਾ ਤੱਕ ਪਜਾ ਮੈਨੂੰ ਨਹੀਂ ਪਤਾ ਇੱਥੇ ਆ ਕੇ ਕਿੰਨੇ ਦੇਰ ਤੱਕ ਡਿੱਗੇ ਰਹੇ ਕਿਸੇ ਨੇ ਚੁੱਕਿਆ ਤੱਕ ਨਹੀਂ ਕਿਸੇ ਨੇ ਹੱਥ ਨਹੀਂ ਲਾਇਆ ਕਿਤੇ ਪ੍ਰੋਟੈਸਟ ਹੀ ਕਰ ਰਹੇ ਆ ਜੀ ਕੁਝ ਵੀ ਨਹੀਂ ਮੰਗ ਰਹੇ ਇਨਸਾਫ ਮੰਗ ਰਹੇ ਆ ਕਿ ਬੱਚੀ ਰਜਨੀ ਦੇ ਕਾਤਲ ਜਿਹੜੇ ਉਹ ਪਕੜੇ ਜਾਣ ਉਹਦੇ ਬਾਅਦ ਅਸੀਂ ਕਚਹਿਰੀ ਦੇ ਵਿੱਚ ਉਹਨਾਂ ਦਾ ਕੇਸ ਲੜੀਏ ਤੇ ਉਹਨਾਂ ਨੂੰ ਜੇਲ੍ਹ ਭੇਜ ਕੇ ਤੇ ਉਹਨਾਂ ਨੂੰ ਇਨਸਾਫ ਦਵਾਈਏ ਉਹਨਾਂ ਨੂੰ ਸਜ਼ਾ ਦਈਏ ਅਸੀਂ ਤੇ ਕੋਸ਼ਿਸ਼ ਕਰਾਂਗੇ ਉਹ ਇਹੋ ਜਿਹੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮਗਰ ਪੁਲਿਸ ਹਾਲੇ ਤੱਕ ਕਾਤਲਾਂ ਨੂੰ ਫੜ ਹੀ ਨਹੀਂ ਪਾ ਰਹੀ ਔਰ ਜੇ ਇਹਨਾਂ ਦੀ ਨੀਤੀ ਅਤੇ ਨੀਅਤ ਸਾਫ਼ ਹੋਏ ਤੇ ਕਾਤਲ ਭੱਜ ਨਹੀਂ ਸਕਦੇ ਪੁਲਿਸ ਕੋ ਕਦੀ ਕਾਤਲ ਭੱਜ ਨਹੀਂ ਸਕਦੇ 5 ਦਿਨ ਹੋ ਗਏ ਪਰਿਵਾਰ ਕੁਝ ਵੀ ਨਹੀਂ ਮੰਗ ਰਿਹਾ ਅਸੀਂ ਛੋਟੀ ਜੀ ਡਿਮਾਂਡ ਹੈ ਕਿ ਇਨਸਾਫ਼ ਕੀਤਾ ਜਾਏ ਉਹਦੇ ਕਾਤਲਾਂ ਨੂੰ ਪਕੜ ਲਿਆ ਜਾਵੇ ਬਸ ਅਗਰ ਅਸੀਂ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਅਲਟੀਮੇਟਮ ਦਈਏ ਸਰਕਾਰ ਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਇਮਾਨਦਾਰੀ ਦੇ ਨਾਲ ਸਰਕਾਰ ਇਹਦੇ ਕਾਤਲਾਂ ਨਾਲ ਕਿਉਂਕਿ ਬਾਰ ਬਾਰ ਕਿਹਾ ਜਾ ਰਿਹਾ ਕਿ ਫੇਲੀਅਰ ਹੋ ਗਿਆ ਫੇਲੀਅਰ ਨਹੀਂ ਹੋ ਗਿਆ ਸਾਨੂੰ ਪੱਕਾ ਯਕੀਨ ਹੈ ਕਿ ਜਿਹੜੇ ਕ੍ਰਿਮੀਨਲ ਹੈ ਉਹ ਸਿਆਸਤਦਾਨ ਦੇ ਨਾਲ ਮਿਲੇ ਹੋਏ ਆ ਪੁਲਿਸ ਉਹਨਾਂ ਦੇ ਨਾਲ ਮਿਲੀ ਹੋਈ ਹੈ ਕਨਾਈਮੈਂਸ ਹੈਗੀ ਹੈ ਇਹ 'ਚ ਫੇਲੀਅਰ ਨਹੀਂ ਹੈਗਾ ਪੁਲਿਸ ਦਾ ਇਹਦੇ 'ਚ ਕਨਾਈਮੈਂਸ ਹੈਗੀ ਹੈ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਇਸ ਬੈਲਟ ਦੇ ਵਿੱਚ ਹੋ ਰਿਹਾ ਨਸ਼ਾ ਵੇਚਣ ਤੋਂ ਲੈ ਕੇ ਖੋਹ ਦਾ ਲੈ ਕੇ ਚੋਰੀਆਂ ਦਾ ਡਾਕਿਆਂ ਦਾ ਇਸ ਬੈਲਟ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਾਈਮ ਹੈ ਮਗਰ ਸਮਝ ਨਹੀਂ ਆਉਂਦਾ ਕਿ ਫੇਲੀਅਰ ਕਿਉਂ ਨਹੀਂ ਹੋ ਰਹੇ ਥੋੜ੍ਹੀ ਦੇਰ ਵਾਸਤੇ ਜੇ ਸਰਕਾਰ ਨਹੀਂ ਕੰਟਰੋਲ ਕਰ ਸਕਦੀ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਸ਼ਹਿਰ ਦਾ ਕਮਿਸ਼ਨਰ ਅਸੀਂ ਇਹ ਮੈਸ ਕੱਢਿਆ ਇਸ ਕਰਕੇ ਵੀ ਜੇ ਪ੍ਰਸ਼ਾਸਨ ਨੇ ਇਹ ਕੰਮ ਲੇਟ ਨਹੀਂ ਉਹਦੇ ਨਾ ਵੀ ਲੇਟ ਵਾ ਨਾ ਵੀ ਉਹਦੇ ਕੈਮਰੇ ਲੱਗੇ ਆ ਨਾ ਕੈਮਰਾ ਲੱਗਿਆ ਨਾ ਲੇਟ ਜਗਦੀ ਆ ਨਾ ਲੇਟ ਜਗਦੀ ਆ ਜਦੋਂ ਸਾਡੀ ਲੜਕੀ ਡਿਊਟੀ 'ਤੇ ਆ ਰਹੀ ਇਸੇ ਜਗ੍ਹਾ 'ਤੇ ਮੁੰਡਿਆਂ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਉਹ ਲੜਦੀ ਉਹਨਾਂ ਖਿੱਚਿਆ ਅਤੇ ਉਹਨੂੰ ਉੱਥੇ ਸੱਟ ਲੱਗ ਗਈ ਸਿਰ 'ਤੇ ਅਸੀਂ ਹਸਪਤਾਲ ਖੜ੍ਹਿਆ ਉਹਨਾਂ ਦੇ ਉੱਥੇ ਗੁੱਸ ਕਰਾ ਦਿੱਤਾ ਇਹ ਸਰਤਾਰ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਜਾਂ ਸਾਡੇ ਇੱਕ ਸਰਕਾਰ ਜੀ ਨੌਕਰੀ ਮਿਲਣੀ ਚਾਹੀਦੀ ਆ ਅਤੇ ਨਾ ਜੇ ਆਪਦੇ ਕੰਮ ਕਿਸੇ ਹੋਰ ਕਿਸੇ ਨਾਲ ਹੋ ਸਕੇ ਪੁਲਿਸ ਪ੍ਰਸ਼ਾਸਨ ਦਾ ਕੋਈ ਇਹਦੇ ਮੌਕਾ ਮਤ ਮੇਰਾ ਨਾਂ ਰਜਿੰਦਰ ਕੁਮਾਰ ਪਲਾਹ ਹੈ ਜੀ ਤੁਸੀਂ ਪੁੱਛਿਆ ਤਾਂ ਮੈਂ ਦੱਸ ਦਿੰਦਾ ਹੈ ਮੈਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਦਾ ਹਾਂ ਪਰ ਅੱਜ ਦਾ ਇਹ ਜਿਹੜਾ ਧਰਨਾ ਹੈ ਅਸੀਂ ਕੋਈ ਪਾਰਟੀ ਵਾਲੇ ਸਿਸਟਮ 'ਚੋਂ ਨਹੀਂ ਕੀਤਾ ਇਸ ਇਲਾਕੇ ਦੇ ਤੌਰ 'ਤੇ ਆਪਣੇ ਮਹੱਲਾ ਨਿਵਾਸੀਆਂ ਦੇ ਤੌਰ 'ਤੇ ਆਪਣੀ ਰਿਸ਼ਤੇਦਾਰੀ ਤੌਰ 'ਤੇ ਇਹ ਸਾਰਾ ਇਲਾਕਾ ਜਿਹੜਾ ਸਾਡੇ ਨਾਲ ਆਇਆ ਔਰ ਇਹ ਜਿਹੜਾ ਕੈਂਡਲ ਮਾਰਚ ਹੈ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਜਿਹੜਾ ਹੈ ਇਸ ਜਗ੍ਹਾ 'ਤੇ ਕੀਤਾ ਹੈ ਜਿਸ ਜਗ੍ਹਾ 'ਤੇ ਉਹਦੀ ਡੈਥ ਹੋਈ ਸੀ ਜਿਸ ਜਗ੍ਹਾ 'ਤੇ ਉਹਦਾ ਮਰਡਰ ਹੋਇਆ ਸੀ ਔਰ ਇਸੇ ਜਗ੍ਹਾ ਦੇ ਉੱਤੇ ਕਰਨ ਦਾ ਸਾਡਾ ਇੱਕ ਮਕਸਦ ਸੀ ਤੁਸੀਂ ਇੱਧਰ ਲੈਟ ਮਾਰ ਕੇ ਦੇਖੋ ਇਹ ਮੋਮਬੱਤੀਆਂ ਜਗਾ ਕੇ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਇਸ ਜਗ੍ਹਾ ਤਾਂ ਕੀਤਾ ਕਿ ਇੱਥੇ ਕੋਈ ਲੈਟ ਨਹੀਂ ਬਿਲਕੁਲ ਹਨੇਰਾ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੇ ਆਪਣੇ ਵਾਅਦੇ ਪੂਰੇ ਕਰਤੇ ਆ ਪਰ ਕੋਈ ਵਾਅਦਾ ਪੂਰਾ ਨਹੀਂ ਅਗਲੇ ਪਾਸੇ ਦੇਖੋ ਲੈਟਾਂ ਜਗਦੀਆਂ ਨੇ ਉਸ ਸਾਈਡ ਤੇ ਦੇਖ ਲਓ ਲੈਟਾਂ ਜਗਦੀਆਂ ਨੇ ਲੇਕਿਨ ਇਹ ਜਿਹੜੀ ਜਗ੍ਹਾ ਹੈ ਇੱਥੇ ਕੋਈ ਲੈਟਾਂ ਨਹੀਂ ਜਗਦੀਆਂ ਕੋਈ ਕੈਮਰੇ ਨਹੀਂ ਇੱਥੇ ਹੀ ਲੁੱਟਾ ਖੋਹਾਂ ਜਿੰਨੀਆਂ ਨੇ ਉਹ ਹੁੰਦੀਆਂ ਨੇ ਹੁਣੇ ਅੱਧਾ ਘੰਟਾ ਪਹਿਲਾਂ ਇੱਕ ਬਜ਼ੁਰਗ ਸੀ ਜਿਹਦੀ ਜੇਬ ਦੇ ਵਿੱਚੋਂ 5000 ਰੁਪਇਆ ਨਿਕਲ ਗਿਆ ਉਹਦਾ ਕਾਰਡ ਆਧਾਰ ਕਾਰਡ ਲਾਇਸੈਂਸ ਜਿਹੜਾ ਹੈ ਦੇਖੋ ਜੀ ਕ੍ਰਾਈਮ ਦਿਨੋਂ ਦਿਨ ਵੱਧ ਰਿਹਾ ਹੈ ਪਹਿਲੇ ਨੰਬਰ 'ਤੇ ਤਾਂ ਮੈਂ ਇਹ ਕਹਾਂਗਾ ਕਿ ਡਾਕਟਰ ਰਾਜ ਕੁਮਾਰ ਜੀ ਨੂੰ ਇਸ ਵੈਸਟ ਦੇ ਵਿੱਚੋਂ ਵੋਟਾਂ ਪਾ ਕੇ ਅਸੀਂ ਜਿਤਾ ਕੇ MLA ਬਣਾਇਆ ਹੈ ਪਰ ਉਹਨਾਂ ਇੱਕ ਵੀ ਚੱਕਰ ਇਸ ਪਰਿਵਾਰ ਦੇ ਘਰ ਨੂੰ ਨਹੀਂ ਲਾਇਆ ਜਿੰਦਾ ਵੀ ਉਹਨਾਂ ਦਾ ਇਹ ਚੀਜ਼ ਦਾ ਫਰਜ਼ ਬਣਦਾ ਸੀ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਇਹ ਪਹਿਲੀ ਨਲਾਇਕੀ ਜਿਹੜੀ ਹੈ ਡਾਕਟਰ ਰਾਜ ਕੁਮਾਰ ਜੀ ਦੀ ਹੈ